ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਨਦੀਪ ਕੌਰ। ਮੇਰੇ ਚੈਨਲ ਗੁਣਤਾਜ ਸੂਟ ਕਲੈਕਸ਼ਨ 'ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ। ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ। ਅੱਜ ਆਪਾਂ ਇੱਕ ਸੂਟਾਂ ਦੀ ਹੋਰ ਵੀਡੀਓ ਲੈ ਕੇ ਆਏ ਹਾਂ, ਜਿਹਦੇ ਵਿੱਚ ਆਪਾਂ ਦੇਖਾਂਗੇ ਮਸ਼ੀਨ ਵਰਕ ਦੇ ਸੂਟ। ਮੈਂ ਇਹਨਾਂ ਦਾ ਤੁਹਾਨੂੰ ਪ੍ਰਾਈਜ਼ ਵੀ ਨਾਲ ਨਾਲ ਦੱਸਦੀ ਰਹਾਂਗੀ ਅਤੇ ਸਟੱਫ ਵੀ ਦੱਸਦੀ ਰਹਾਂਗੀ। ਆਓ ਦੇਖਦੇ ਹਾਂ ਆਪਣੇ ਅੱਜ ਦੇ ਸੂਟ। ਹਾਂਜੀ, ਇਹ ਆ ਗਿਆ ਆਪਣਾ ਪਹਿਲਾ ਸੂਟ, ਪਰਪਲ ਜਾਂ ਸ਼ੇਡ ਪਰਪਲ ਟੋਨ ਦੇ ਵਿੱਚ ਹੈ। ਸਟੱਫ ਹੈਗਾ ਟੈਬੀ ਸਿਲਕ ਹੈ, ਬਹੁਤ ਸੋਹਣਾ ਸਟੱਫ ਹੈਗਾ, ਬਹੁਤ ਹੀ ਫਾਈਨ ਸਟੱਫ ਰਹੇਗਾ। ਸ਼ਰਟ ਦੇ ਫਰੰਟ ਉੱਪਰ ਵਰਕ ਹੈ, ਸਿਲਕ ਸਟੱਫ ਰਹੇਗਾ, ਸਟੱਫ ਸੋਫਟ ਹੈ ਅਤੇ ਲਾਈਟ ਵੇਟ ਹੈ ਅਤੇ ਸਲੀਵਸ ਉੱਪਰ ਵਰਕ ਹੈ ਜੀਗਾ। ਦੁਪੱਟਾ ਤੁਸੀਂ ਇਹਦੇ ਨਾਲ ਐਕਸਟਰਾ ਤੋਂ ਰੈਡੀ ਕਰਵਾ ਸਕਦੇ ਹੋ। ਅਤੇ ਇਹਦਾ ਪ੍ਰਾਈਜ਼ ਰਹੇਗਾ ਜੀ 1550, 1550। ਹਾਂਜੀ, ਇੱਕ ਹੀ ਆ ਗਿਆ ਆਪਣਾ ਕੋਪਰ ਜਾਂ ਸ਼ੇਡ ਆ ਜਾਏਗਾ, ਇਹਦੇ ਘੇਰ ਉੱਪਰ ਇਹ ਸਿਲਕ ਸਟੱਫ ਆ ਜਾਏਗਾ, ਇਹਦੇ ਘੇਰ ਉੱਪਰ ਆ ਜਾਏਗਾ ਵਰਕ ਅਤੇ ਸਲੀਵਸ ਦੇ ਉੱਪਰ ਆ ਜਾਏਗਾ। ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਹੋਏਗੀ ਅਤੇ ਇਹਦਾ ਪ੍ਰਾਈਜ਼ ਰਹੇਗਾ ਜੀ 1900 ਵਿਦਆਊਟ ਦੁਪੱਟਾ। ਹਾਂਜੀ, ਇਹ ਆ ਗਿਆ ਆਪਣਾ ਲਾਈਟ ਜਾਂ ਸਕਾਈ ਬਲੂ ਕਲਰ ਮਸਲੀਨ ਸਟੱਫ ਦੇ ਵਿੱਚ, ਮਸਲੀਨ ਪਲੇਨ ਮਸਲੀਨ ਨਹੀਂ ਹੈਗਾ, ਇਹਦੇ ਵਿੱਚ ਥੋੜ੍ਹਾ ਜਿਹਾ ਡਿਜ਼ਾਈਨਿੰਗ ਵਾਲਾ ਮਸਲੀਨ ਸਟੱਫ ਹੈ, ਸਟੱਫ ਬਹੁਤ ਜ਼ਿਆਦਾ ਫਾਈਨ ਹੈ। ਇਹਦੇ ਵੀ ਆਪਣੇ ਘੇਰ ਦੇ ਉੱਪਰ ਆ ਗਿਆ ਵਰਕ, ਘੇਰ ਦੇ ਉੱਪਰ ਆ ਗਿਆ, ਤਿੱਲੇ ਦਾ ਵਰਕ ਆ ਜਾਏਗਾ, ਸਾਰਾ ਮਸ਼ੀਨ ਵਰਕ ਹੈ, ਵਰਕ ਦੀ ਪੂਰੀ ਫੁੱਲ ਫਿਨਿਸ਼ਿੰਗ ਹੈ ਘੇਰ ਦੇ ਉੱਪਰ ਔਰ ਸਲੀਵਸ ਦੇ ਉੱਪਰ। ਇਹਦਾ ਪ੍ਰਾਈਜ਼ ਰਹੇਗਾ ਜੀ 1750। ਹਾਂਜੀ, ਇੱਕ ਆਪਣਾ ਇਹ ਸੂਟ ਆ ਗਿਆ ਕੋਟਨ ਸਟੱਫ ਦੇ ਵਿੱਚ, ਇਹ ਸੈਂਟਰ ਦੇ ਵਿੱਚ ਇਹਦੇ ਆ ਜਾਏਗਾ ਵਰਕ, ਸਾਈਡ 'ਤੇ ਤੁਸੀਂ ਲੇਸ ਦੇ ਪੈਨਲ ਬਣਵਾ ਸਕਦੇ ਹੋਗੇ ਅਤੇ ਉਹ ਐਕਸਟਰਾ ਚਾਰਜਸ ਹੋਣਗੇ, ਤੁਸੀਂ ਇੱਦਾਂ ਵੀ ਲੈ ਸਕਦੇ ਹੋਗੇ। ਘੇਰ ਦੇ ਸੈਂਟਰ ਦੇ ਵਿੱਚ ਆ ਗਿਆ, ਕੋਟਨ ਸਟੱਫ ਹੈ, ਕੋਈ ਲਾਈਨਿੰਗ ਵਗੈਰਾ ਦੀ ਨੀਡ ਨਹੀਂ ਹੈ, ਸਲੀਵਸ ਦੇ ਉੱਪਰ ਆ ਜਾਏਗਾ। ਇਹਦਾ ਪ੍ਰਾਈਜ਼ ਰਹੇਗਾ ਜੀ 1290। ਹਾਂਜੀ, ਇੱਕ ਹੀ ਆ ਗਿਆ ਆਪਣਾ ਪਿੰਕ ਦੇ ਵਿੱਚ, ਕਲਰ ਕਲਰ ਬਹੁਤ ਪਿਆਰਾ, ਸਟੱਫ ਬਹੁਤ ਜ਼ਿਆਦਾ ਇਹਦਾ ਫਾਈਨ ਰਹੇਗਾ। ਇਹ ਕੋਟਨ ਸ਼ਾਈਨ ਵਾਲਾ ਸਟੱਫ ਹੈ, ਹੁਣ ਜਿਵੇਂ ਹੁਣ ਦੇ ਸੀਜ਼ਨ ਦੇ ਵਿੱਚ ਇਹ ਆਰਾਮ ਨਾਲ ਪਏਗਾ, ਲਾਈਨਿੰਗ ਵੀ ਤੁਸੀਂ ਇਹ 'ਤੇ ਨਹੀਂ ਲਗਵਾਉਣੀ ਤਾਂ ਸਕਿੱਪ ਕਰ ਸਕਦੇ ਹੋਗੇ। ਸ਼ਰਟ ਦੇ ਫਰੰਟ 'ਤੇ ਆ ਜਾਏਗਾ, ਫਰੰਟ 'ਤੇ ਆ ਜਾਏਗਾ, ਸਲੀਵਸ ਦੇ ਉੱਪਰ ਆ ਜਾਏਗਾ ਅਤੇ ਇਹਦਾ ਆਪਣਾ ਪ੍ਰਾਈਜ਼ ਰਹੇਗਾ ਜੀ 1500। ਹਾਂਜੀ, ਇੱਕ ਆਪਣਾ ਇਹ ਆ ਗਿਆ ਗ੍ਰੀਨ ਸਿਲਕ ਸੈਲਫ ਪ੍ਰਿੰਟ ਦੇ ਵਿੱਚ ਹੈ, ਅੰਗੂਰੀ ਜਿਹਾ ਕਲਰ ਹੈ ਆਪਣਾ, ਇਹ ਸੈਲਫ ਪ੍ਰਿੰਟ ਸਿਲਕ ਹੈ ਜੀ ਅਤੇ ਇਹਦੇ ਘੇਰੇ ਦੇ ਉੱਪਰ ਆ ਗਿਆ, ਸਲੀਵਸ ਦੇ ਉੱਪਰ ਆ ਗਿਆ, ਇਹਦਾ ਪ੍ਰਾਈਜ਼ ਰਹੇਗਾ 1890। ਹਾਂਜੀ, ਇੱਕ ਹੀ ਆ ਗਿਆ ਆਪਣਾ ਔਰੇਂਜ ਕਲਰ ਦੇ ਵਿੱਚ ਹੈ, ਕੋਟਨ ਸਟੱਫ ਹੈ, ਸੈਲਫ ਪ੍ਰਿੰਟ ਦੇ ਵਿੱਚ ਹੈ। ਇਹ ਆਪਣਾ ਆ ਗਿਆ ਸ਼ਰਟ ਦੇ ਫਰੰਟ 'ਤੇ ਆ ਜਾਏਗਾ, ਫਰੰਟ 'ਤੇ ਆ ਜਾਏਗਾ, ਸਲੀਵਸ ਦੇ ਉੱਪਰ ਆ ਜਾਏਗਾ। ਸਾਈਡ 'ਤੇ ਤੁਸੀਂ ਲੇਸ ਨਾਲ ਪੈਨਲ ਵੀ ਬਣਵਾ ਸਕਦੇ ਹੋਗੇ, ਇਹਦਾ ਪ੍ਰਾਈਜ਼ ਰਹੇਗਾ ਜੀ 1650, ਔਰੇਂਜ ਕਲਰ ਰਹੇਗਾ। ਇਹ ਆ ਗਿਆ ਆਪਣਾ ਨੈਚੁਰਲ ਕਰੀਪ ਦੇ ਉੱਪਰ ਵਾਈਨ ਸ਼ੇਡ ਰਹੇਗਾ, ਵਾਈਨ ਸ਼ੇਡ ਰਹੇਗਾ। ਸ਼ਰਟ ਦਾ ਫਰੰਟ ਆ ਜਾਏਗਾ, ਫਰੰਟ ਔਰ ਆਪਣੀ ਆ ਜਾਏਗੀਆਂ ਸਲੀਵਸ। ਇਹਦੇ ਵਿੱਚ ਇੱਕ ਤੁਹਾਨੂੰ ਗ੍ਰੀਨ ਮਹਿੰਦੀ ਕਲਰ ਰੈਡੀ ਮਿਲ ਜਾਏਗਾ ਅਤੇ ਇਹਦਾ ਪ੍ਰਾਈਜ਼ ਰਹੇਗਾ ਜੀ 2000। ਹਾਂਜੀ, ਇੱਕ ਹੀ ਆ ਗਿਆ ਆਪਣਾ ਗ੍ਰੇ ਕੋਟਨ ਸਟੱਫ ਰਹੇਗਾ, ਹੁਣ ਵੀ ਆਰਾਮ ਨਾਲ ਪਏਗਾ, ਸਟੱਫ ਬਹੁਤ ਜ਼ਿਆਦਾ ਫਾਈਨ ਰਹੇਗਾ, ਲਾਈਨਿੰਗ ਵਗੈਰਾ ਦੀ ਕੋਈ ਨੀਡ ਨਹੀਂ, ਫਰੰਟ ਆ ਜਾਏਗਾ, ਫਰੰਟ ਆ ਜਾਏਗਾ,
वर्क की पूरी फुल फिनिशिंग रहेगी, ग्रे कलर के उपर है, ये दुपट्टा आ जाएगा। यदा दुपट्टा आ जाएगा, तुसी दुपट्टा नहीं लेना चाहते स्किप भी कर सकते हो, होर डाई भी करवा सकते हो, इस दुपट्टे दे नाल भी तुसी बाय कर सकते हो, तो स्लीवस के उपर आ जाएगा। यदा प्राइस रहेगा जी विद दुपट्टा 2100। हाँ जी, एक अपना ये भी कॉटन स्टफ के कॉफ स्टफ है, होना जिमें हम सीजन के आराम पेगा, कोई लैनिंग वगैरह की नीड नहीं हैगी, कलर भी बहुत प्यारा, स्टफ भी बहुत ज़्यादा फाइन है। ये शर्ट का फ्रंट आ जाएगा, फ्रंट एरिया स्लीवस आ जाएगियाँ, तो यदा प्राइस रहेगा जी 1690। 1690 हाँ जी। एक आ जाएगा अपना नैचुरल क्रेप दे विच, कलर बहुत प्यारा प्यारा जहा ऑरेंज जहा शेड है, लाइट जहा जिवें शेड हैगा, ज़्यादा ब्राइट नहीं हैगा। शर्ट का घेर आ जाएगा, स्लीवस आ जाएगियाँ, ये आ जाएगा अपना दुपट्टा। दुपट्टा अपना कॉटन सिल्क के रहेगा, विद दुपट्टा यदा प्राइस रहेगा जी 2500। तुसी दुपट्टा स्किप भी करवा सकते हो, तो होर दुपट्टा भी ये रेडी करवा सकते हो। हाँ जी, एक अपना ये आ गया कॉटन स्टफ दे विच, मोर पंखिया कॉटन दे विच है, कलर बहुत प्यारा, वर्क की पूरी फुल फिनिशिंग रहेगी, शर्ट के फ्रंट पे आ जाएगा, कोई लाइनिंग वगैरह की नीड नहीं है, स्लीवस पे आ जाएगा। इसका प्राइस रहेगा जी 1750। हाँ जी, ये आ गया अपना सॉफ्ट ते लाइट वेट खादी सिल्क दे विच हैगा, स्टफ बहुत ज़्यादा फाइन है, बिल्कुल लाइट वेट स्टफ रहेगा। ये शर्ट का फ्रंट आ जाएगा, फ्रंट स्लीवस आ जाएगियाँ, स्लीवस आ जाएगियाँ, स्टफ बिल्कुल लाइट वेट ते बिल्कुल सॉफ्ट रहेगा। तो ये अपना ये दुपट्टा हैगा कॉटन सिल्क दुपट्टा, ये दुपट्टे स्लिपरी नहीं होंगे गे, सिर ते आराम नाल अपने आ जाते हैं। तो यदा प्राइस रहेगा जी 2750। 2750 हाँ जी। एक अपना ये आ गया लेलन कॉटन दे विच है, घेर ते वर्क आ जाएगा, यदि काफ़ी डिमांड आ रही थी घेर ते वर्क, स्लीवस ते वर्क, यदा प्राइस रहेगा जी 990। 990 हाँ जी। एक आ गया अपने कोले ब्लैक कलर दे विच है, कॉटन स्टफ है, कोई लाइनिंग वगैरह की नीड नहीं, स्टफ थोड़ा गफ है जिवें हुण पएगा हुण दे सीजन दे विच, ते स्टफ बहुत ज़्यादा फाइन रहेगा। शर्ट दे फ्रंट ते आ जाएगा वर्क, फ्रंट ते इहदे नाल कॉटन सिल्क का दुपट्टा रहेगा, कॉटन सिल्क का ही अपना दुपट्टा रहेगा। इहदा प्राइस रहेगा जी 2000। जिन्हां सूटां दे नाल दुपट्टे आ तुसीं दुपट्टा छड्ड भी सकदे हो, स्किप कर सकदे हो, अदर दुपट्टा भी कोई रेडी करवा सकदे होंगे। हाँ जी, ये हैगा अपना बॉटल ग्रीन कलर है, कॉटन स्टफ रहेगा इहदा, ते बहुत ज़्यादा फाइन है ये स्टफ अपना। जिवें हुण दे सीजन ते आराम नाल पएगा, गाफ है स्टफ, लाइनिंग वगैरह की कोई नीड नहीं है, शर्ट के फ्रंट ते वर्क आ जाएगा, फ्रंट ते और स्लीवस के उपर। इहदा प्राइस रहेगा जी 1350। हाँ जी, एक आ गया अपना
सिल्क स्टफ दे विच, क्रीम सिल्क दे विच। शर्ट का की राजेगा, की राजेगा स्लीव्स आ जाएगियाँ, इहदे नाल कॉटन सिल्क का दुपट्टा आ जाएगा। कलर भी बहुत प्यारा है, वर्क की पूरी फुल फिनिशिंग है। इहदा प्राइस रहेगा जी 2200, 2200। हाँ जी, एक आ गया अपना मेहंदी कलर के कॉटन स्टफ के रफ कॉटन स्टफ है, कोई लाइनिंग वगैरह की नीड नहीं है। शर्ट का घेर आ जाएगा, घेर से स्लीवस, यदा प्राइस रहेगा जी 1300, 1300। हाँ जी, एक आ गया अपना मस्टर्ड शेड के, शर्ट का फ्रंट आ जाएगा, फ्रंट स्लीवस आ जाएगियाँ, स्लीवस आ जाएगियाँ। सिल्क स्टफ रहेगा, यदा प्राइस रहेगा 1750, 1750। हाँ जी, एक आ गया अपना जॉर्जेट दे विच, जॉर्जेट दे विच है शर्ट का फ्रंट आ जाएगा, फ्रंट आ जाएगा। स्लीवस आ जाएगियाँ, पीच जहा शेड हैगा, बहुत सोहना शेड है, पीच तो भी अलग जी टोन आ गई, ब्लैक नाल वर्क है। स्लीवस आ जाएगियाँ, इहदा प्राइस रहेगा जी 2000। हाँ जी, एक आ गया अपना सिल्क स्टफ दे विच येलो कलर दे विच। हाँ जी, ये आ गया फ्रंट, इहदा प्राइस रहेगा जी 1850। शर्ट का फ्रंट आ जाएगा, तो स्लीवस के उपर आ जाएगा। हाँ जी, एक आ गया अपना पिंक टोन दे विच सिल्क स्टफ आ जाएगा। शर्ट का घेर आ जाएगा, घेर आ जाएगा, तो स्लीवस आ जाएगियाँ, स्लीवस आ जाएगियाँ। इहदा प्राइस रहेगा जी 1650। हाँ जी, एक आ गया अपना डार्क या फ्रोजी शेड सिल्क स्टफ दे विच, शर्ट का फ्रंट आ जाएगा, फ्रंट स्लीवस, इहदा प्राइस रहेगा जी 2150। एक ये आ गया येलो शेड अपना, लाइट येलो, बनाना येलो कलर मसलीन दे विच, घेर आ जाएगा, घेर इहदियां स्लीवस, इहदा प्राइस रहेगा जी 1800। हाँ जी, ये सी अज के अपने सूट, इन्हों के कोई भी सूट तुम बाय करना चाहते हो या स्टिचिंग करवानी चाहते हो, नाल दुपट्टा वगैरह रेडी करवाना चाहते हो, तो साढ़े नाल व्हाट्सएप पर स्क्रीनशॉट भेज के अपना ऑर्डर बुक करवा सकते हो। ज़्यादा कुछ डिटेल के पूछने लिए तुम सानू व्हाट्सएप पर कॉन्टैक्ट कर सकते हो। साड़ी ये वीडियो तुम्हें किदा की लगी सानू कमेंट के जरूर दसना जी। आप फिर एक वीडियो के नाल मिलते हैं, सत श्री अकाल जी।